ਸੀਜ਼ਨ ਕਿਉਂਕਿ ਇਹਦੇ ਨਾਲ ਤਾਂ ਸਿਰਫ ਜਸਟਿਨ ਪੀਟਰਸ ਹੀ ਹੈ ਖੇਡਾ ਜੋ ਅਵਾਰਡ ਵਾਸਤੇ ਮੌਕਾ ਤੇ ਗੋਲ ਵਾਸ਼ਿੰਗਟਨ ਕੈਪੀਟਲਸ ਪਾਵਰ ਪਲੇ ਗੋਲ ਇੱਥੇ ਦੇਖੋ ਪੱਕ ਦੂਜੇ ਪਾਸੇ ਘੁੰਮ ਕੇ ਆਇਆ ਤਾਂ ਜੋ ਅਵਾਰਡ ਨੇ ਜਿਹੜਾ ਗਲਤੀ ਸੀ ਉਹ ਪੱਕ ਚੱਕ ਲਿਆ ਰਿਸ਼ ਸ਼ਾਟ ਮਾਰੀ ਤਾਂ ਇੱਕਦਮ ਪਾਵਰ ਪਲੇ ਗੋਲ ਜੋ ਅਵਾਰਡ ਤੇ ਹੁਣ ਫਿਰ ਦੁਬਾਰਾ ਸਲੈਪ ਸ਼ਾਟ ਨਹੀਂ ਵਰਤਿਆ ਹੁਣ ਚਪੇੜ ਸ਼ਾਟ ਮਾਰੀ ਤੇ ਗੋਲ ਡੈਨਿਸ ਵਾਈਡ ਮੈਨ ਰੈਕਟ ਦੀ ਗੱਲ ਛੱਡੋ ਉਹ ਹੋਰ ਚਾਂਸ ਹੋਊਗਾ ਅਤੇ ਵਾਈਡਮੈਨ ਨੇ ਆਪਣਾ ਪੰਜਵਾਂ ਗੋਲ ਕੀਤਾ ਅਤੇ ਵਾਈਡਮੈਨ ਵੀ ਕਹਿੰਦਾ ਮੈਂ ਤਾਂ ਲੀਡ ਕਰੀ ਜਾਣਾ ਡਿਫੈਂਸਮੈਨ ਨੂੰ ਇਸ ਲੀਗ ਦੇ ਵਿੱਚ ਗੋਲਾਂ ਦੇ ਨਾਲ ਹਾਂਜੀ ਲੱਗਦਾ ਡਿਫਲੈਕਸ਼ਨ ਨਹੀਂ ਕੋਈ ਹੋਇਆ ਪਰ ਤੁਸੀਂ ਸ਼ਟ ਆਊਟ ਦਾ ਕਹਿਣ ਦੀ ਦੇਰ ਸੀ ਇੱਕਦਮ ਗੋਲ ਕਰ ਦਿੱਤਾ ਸੋ ਜਿਹੜੇ ਵਾਸ਼ਿੰਗਟਨ ਵਾਲੇ ਪ੍ਰੇਮੀ ਹੋਣਗੇ ਹਰਪ੍ਰੀਤ ਪੰਡੇਲ ਨੂੰ ਟਵੀਟ ਭੇਜ ਸਕਦੇ ਆ ਲੰਬਾ ਪਾਸ ਭੇਜਿਆ ਫੜਾ ਦਿੱਤੀ ਪਾਕ ਸਾਥੀ ਨੂੰ ਲੈ ਕੇ ਆ ਰਹੇ ਨੇ ਓਏ ਹੋਏ ਕਿਆ ਮੌਕਾ ਤੇ ਗੋਲ ਵਾਸ਼ਿੰਗਟਨ ਕੈਪੀਟਲਸ ਕਿਆ ਬਾਤ ਹੈ ਚੌਥੀ ਲਾਈਨ ਜੋ ਵਾਰਡ ਲੈਟਾ ਤੇ ਓਬਰਾਇਨ ਹੁਣੀ ਫੇਰ ਕੰਮ ਕਰ ਗਏ ਤੇ ਇੱਕ ਗੋਲ ਦਾ ਫਰਕ ਪਾ ਦਿੱਤਾ ਹੈ ਫੇਰ ਦੁਬਾਰਾ ਵਾਸ਼ਿੰਗਟਨ ਨੇ ਹਾਂਜੀ ਤਾਂ ਜੋ ਵਾਰਡ ਨੇ ਇਹਨਾਂ ਨੇ ਦੇਖ ਲਓ ਹਮਲਾ ਕਿੱਦਾਂ ਕੀਤਾ ਇੱਥੇ ਚੌਥੀ ਲਾਈਨ ਇੱਧਰ ਅਸੀਂ ਪੱਕ ਬੋਰਡਸ ਦੇ ਨਾਲ ਤਾਂ ਪੈਸ ਦੇਖੋ ਇੱਕਦਮ ਜੋ ਵਾਰਡ ਜਿੱਥੇ ਅਸੀਂ ਪਹਿਲਾਂ ਕਿਹਾ ਸੀ ਇਹਦੇ ਦਫ਼ਤਰ ਨੈੱਟ ਦੇ ਮੋਹਰੇ ਹੁੰਦਾ ਇਹ ਇੱਦਾਂ ਇਹਦੇ ਵੱਧ ਗਿਆ ਗੋਲ ਆ ਜਿਹੜਾ ਬੈਕ ਹੈਂਡ ਸਟਿੱਕ ਆਇਸ 'ਤੇ ਰੱਖਦਾ ਜਦੋਂ ਪੱਕ ਆਉਂਦਾ ਇੱਕਦਮ ਮਾਰਦਾ ਸ਼ਾਟ ਹਾਂਜੀ ਤੀਜੇ ਪੀਰੀਅਡ 'ਚ ਕੈਲਗਰੀ ਬੜੇ ਖਤਰਨਾਕ ਆ ਸੋ ਫਾਰ ਇਸ ਸਾਲ ਇਹਨਾਂ ਨੇ 10 ਗੋਲ ਕੀਤੇ ਹੈਗੇ ਤੀਜੇ ਪੀਰੀਅਡ 'ਚ ਓਏ ਹੋਏ ਵਾਸ਼ਿੰਗਟਨ ਦਾ ਗੋਲ ਦੋ ਗੋਲਾਂ ਦਾ ਫਰਕ ਪੈ ਗਿਆ ਉਹ ਵੀ ਪਹਿਲੀ ਲਾਈਨ ਨੇ ਬਣਾਇਆ ਗੋਲ ਪਹਿਲੀ ਵਾਰ ਅੱਜ ਦੀ ਗੇਮ ਵਿੱਚ ਨਿਕ ਬੈਕਸਟ੍ਰਮ ਬੈਕਸਟ੍ਰਮ ਇਕੱਲਾ ਹੀ ਸੀ ਤਾਂ ਸ਼ਾਟ ਮਾਰੀ ਮੇਰੇ ਖਿਆਲ ਡਿਫੈਂਸਮੈਨ ਦੇ ਲੱਤਾਂ ਦੇ ਬਚਾਲੇ ਤਾਂ ਨਾਲੇ ਗੋਲੀ ਦੇ ਵੀ ਪਿੱਛੇ ਲੰਘ ਗਿਆ ਇੱਥੇ ਤਾਂ ਇੱਥੇ ਦੇਖ ਰਹੇ ਕਾਫੀ ਵਧੀਆ ਸ਼ਾਟ ਮਾਰਿਆ ਤਾਂ ਮੇਰੇ ਖਿਆਲ ਸਕਰੀਨ ਹੋ ਗਿਆ ਸੀ ਰੈਮੋ